ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਸਾਰਿਆਂ ਦੇ। ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਚਹਿਲ ਸਵਾਗਤ ਕਰਦਾ ਜੀ ਸਾਡੇ ਯੂਟਿਊਬ ਚੈਨਲ ਦੀਪ ਗਗਨ 41 'ਤੇ। ਅੱਜ ਜੀ ਸਾਡੇ ਲਈ ਬਹੁਤ ਜ਼ਿਆਦਾ ਖੁਸ਼ਖਬਰੀ ਦੀ ਗੱਲ ਹੈ, ਸਾਡੇ ਲਈ ਨਹੀਂ ਬਲਕਿ ਤੁਹਾਡੇ ਲਈ ਵੀ ਬਹੁਤ ਜ਼ਿਆਦਾ ਖੁਸ਼ਖਬਰੀ ਦੀ ਗੱਲ ਹੈ, ਕਿਉਂਕਿ ਇਹਦੇ ਵਿੱਚ ਤੁਸੀਂ ਵੀ ਸਾਡਾ ਓਨਾ ਹੀ ਸਾਥ ਦਿੱਤਾ। ਬਾਬੇ ਦੀ ਕਿਰਪਾ ਨਾਲ ਅੱਜ ਸਾਡਾ ਚੈਨਲ ਮੋਨੀਟਾਈਜ਼ ਹੋ ਗਿਆ ਜੀ, ਅਤੇ ਅੱਜ ਸਾਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ। ਅਤੇ ਬਾਕੀ ਮੈਂ ਹੁਣ ਫੋਨ ਵੇਖ ਰਿਹਾ ਸੀ, ਮੈਨੂੰ ਪਤਾ ਲੱਗਿਆ ਮੈਸੇਜ ਵੇਖ ਕੇ ਵੀ ਚੈਨਲ ਮੋਨੀਟਾਈਜ਼ ਹੋ ਗਿਆ। ਅਤੇ ਹੁਣ ਗਗਨ ਵਜੇ ਤੱਕ ਘਰ ਕਿਸੇ ਨੂੰ ਵੀ ਨਹੀਂ ਪਤਾ, ਆਪਾਂ ਚੱਲ ਕੇ ਉਹਨਾਂ ਨੂੰ ਦੱਸਦੇ ਹਾਂ ਅਤੇ ਦੇਖਦੇ ਹਾਂ ਉਹਨਾਂ ਦਾ ਕੀ ਰਿਐਕਸ਼ਨ ਨੇ, ਅਤੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਵੀ ਅੱਜ ਸਾਡੀ ਫੈਮਿਲੀ 'ਚ ਕਿਵੇਂ ਖੁਸ਼ੀ ਦੀ ਲਹਿਰ ਹੈ। ਤੁਹਾਨੂੰ ਸਾਰਿਆਂ ਦੀ ਐਕਸਾਈਟਿੰਗ ਦਿਖਾਵਾਂਗੇ ਵੀ ਕਿੱਦਾਂ ਸਾਰੇ ਕੀ ਫੇਸ ਰਿਐਕਸ਼ਨ ਨੇ ਸਾਰਿਆਂ ਦੇ। ਚਲੋ ਚੱਲਦੇ ਹਾਂ, ਹੁਣ ਦੱਸਦੇ ਹਾਂ ਸਾਰਿਆਂ ਨੂੰ, ਮਿਲਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ। ਗਗਨ ਗਗਨ ਉਰੇ ਆ, ਗੱਲ ਸੁਣ, ਜੇ ਆਪਣਾ ਚੈਨਲ ਮੋਨੀਟਾਈਜ਼ ਹੋ ਜੇ ਤਾਂ ਫੇਰ ਨਹੀਂ, ਫੇਰ ਵੀ ਕਿੰਨੇ ਟਾਈਮ 'ਚ ਹੋਜੂਗਾ ਤੈਨੂੰ ਕੀ ਲੱਗਦਾ, ਆਪਣਾ ਚੈਨਲ ਕਿੰਨੇ ਟਾਈਮ 'ਚ ਮੋਨੀਟਾਈਜ਼ ਹੋਜੂਗਾ ਜੇ ਆਪਾਂ ਅਸੀਂ ਵੀਡੀਓ ਪਾਈ ਗਏ, ਮਤਲਬ ਫੇਰ ਵੀ ਦੱਸ ਕਿੰਨੇ ਕੁ ਟਾਈਮ 'ਚ। ਠੀਕ ਆ, ਜੇ ਮੋਨੀਟਾਈਜ਼ ਹੋ ਗਿਆ ਫਿਰ ਤੂੰ ਕੀ ਕਰੇਂਗੀ, ਤੇਰੇ ਕੀ ਰਿਐਕਸ਼ਨ ਹੋਣਗੇ? ਹੈਂ ਐਟ ਅ ਟਾਈਮ ਨਹੀਂ, ਮਨ ਚੱਲ ਐਟ ਅ ਟਾਈਮ ਹੋ ਜਾਏ ਫਿਰ ਤੇਰੇ ਕੀ ਰਿਐਕਸ਼ਨ ਹੋਣਗੇ ਦੱਸ। ਮਤਲਬ ਕਿ ਮੈਨੂੰ ਬਹੁਤ ਵਧੀਆ ਲੱਗੂਗਾ, ਠੀਕ ਹੈ, ਅਤੇ ਹੋਰ ਕੀ ਕਰੇਗਾ? ਠੀਕ ਹੈ, ਓਕੇ, ਕਿੱਥੇ ਜਾਣਾ ਘੁੰਮਣਾ? ਕੁਫਰੀ ਜਾਣਾ, ਠੀਕ ਹੈ, ਬਸ ਇੰਨਾ ਖੁਸ਼ੀ ਕਰੇਗਾ, ਇੰਨੀ ਖੁਸ਼ੀ ਸਭ ਤੋਂ ਪਹਿਲਾਂ, ਓਕੇ, ਚਲੋ ਵਧੀਆ ਗੱਲ ਆ ਜੀ, ਬਾਬੇ ਨੂੰ ਤਾਂ ਪਹਿਲਾਂ ਯਾਦ ਰੱਖਣਾ ਚਾਹੀਦਾ। ਗਗਨੇ, ਇਹ ਜਿਹੜੇ ਤੇਰੇ ਸਾਰੇ ਸੁਪਨੇ ਸੀ ਨਾ, ਇਹ ਜਲਦੀ ਪੂਰੇ ਹੋਣਗੇ, ਕਿਉਂਕਿ ਅੱਜ ਆਪਣਾ ਚੈਨਲ ਮੋਨੀਟਾਈਜ਼ ਹੋ ਗਿਆ। ਤੇਰੀ ਸੌਂ ਲੱਗੇ? ਹਾਂ, ਪਾਲਟੀ ਕਰਾਂ, ਪਹਿਲਾਂ ਆਪਾਂ ਬਾਬੇ ਮੱਥਾ ਟੇਕ ਕੇ ਆਵਾਂਗੇ, ਅਤੇ ਹੁਣ ਆਪਾਂ ਇਹ ਸਾਰੀ ਗੁੱਡ ਨਿਊਜ਼। ਏਦਾਂ ਹੀ ਆ ਬਾਈ, ਵੀਡੀਓ ਪਤਾ ਕਿੰਨੀਆਂ ਧਾਕੜ ਪਾਉਣੇ ਆਪਾਂ, ਅੱਛਣ ਵਾਲੀ ਕੀ ਗੱਲ ਹੈ, ਲੈ ਐਡੀਟਰ ਪਤਾ ਮੈਂ ਕਿੰਨਾ ਤਕੜਾ, ਅੱਛੀ ਕਹਿਣਾ। ਚੱਲ ਇਹ ਗੁੱਡ ਨਿਊਜ਼ ਆਪਾਂ ਮਾਤਾ ਨੂੰ ਦੇਖਾਉਣੇ, ਦੇਖਦੇ ਹਾਂ ਉਹਦੇ ਕੀ ਰਿਐਕਸ਼ਨ ਨੇ, ਆ ਚੱਲੀਏ ਆ ਜਾ। ਮੰਮਾ ਧਾਰਾਂ ਚੁਹੀ ਜਾਂਦੇ, ਚੱਲ ਮੰਮੀ ਨੂੰ ਧਾਰਾਂ ਚੋ ਲੈ ਫਿਰ ਆਪਾਂ ਦੱਸਦੇ। ਮੰਮੀ ਤੇਰੇ ਲਈ ਇੱਕ ਖੁਸ਼ਖਬਰੀ ਆ। ਹਾਂ, ਖੁਸ਼ਖਬਰੀ, ਤੂੰ ਧਾਰਾਂ ਚੁੱਕਿਆ ਫਿਰ ਤੈਨੂੰ ਦੱਸਦੇ ਹਾਂ। ਮੰਮੀ ਆ ਰਹੀ ਹੈ ਜੀ, ਹੁਣ ਮੰਮੀ ਨੂੰ ਦੱਸਾਂ। ਚੱਲ ਗਗਨ ਤੂੰ ਦੱਸ, ਤੂੰ ਦੱਸ ਮੰਮੀ, ਜਿਹੜੀਆਂ ਅਸੀਂ ਵੀਡੀਓ ਬਣਾਉਂਦੇ ਸੀ ਨਾ, ਯੂਟਿਊਬ 'ਤੇ ਪਾਉਂਦੇ ਸੀ, ਅੱਜ ਸਾਡਾ ਚੈਨਲ ਮੋਨੀਟਾਈਜ਼ ਹੋ ਗਿਆ। ਹਾਂ, ਤੈਨੂੰ ਖੁਸ਼ੀ ਨਹੀਂ ਹੋਈ? ਵਧਾਈਆਂ ਤੈਨੂੰ, ਹੋਰ ਕੀ ਖੁਸ਼ੀ, ਤੂੰ ਪਾਲਟੀ ਨਹੀਂ ਕਰੇਂਗੀ ਮੈਨੂੰ? ਪਾਲਟੀ ਤੁਸੀਂ ਕਰਨੀ ਆ, ਮੈਂ ਕਰਨੀ ਆ। ਤੈਨੂੰ ਖੁਸ਼ੀ ਨਹੀਂ ਹੋਈ ਫਿਰ ਇਹਦਾ ਮਤਲਬ? ਪਾਲਟੀ ਕਰ ਦੋ। ਕੀ ਪਾਲਟੀ ਕਰੇਂਗੀ ਦੱਸ? ਖਵਾਉਣ ਵਾਲਾ ਕਿੱਥੇ ਜਾ ਕੇ ਖਵਾਉਣ ਨੂੰ ਖਾਵਾਂਗੇ। ਆਹ ਤੂੰ ਦੱਸ, ਤੂੰ ਦੱਸ ਅੱਜ ਕੀ ਕਰੀਏ ਆਪਾਂ? ਮੰਮੀ ਨੂੰ ਰੋਣਾ ਬੰਦ ਕਰੋ। ਨਹੀਂ ਦੱਸੀ, ਮੈਂ ਕੀ ਦੱਸਾਂ? ਗਗਨ ਤੂੰ ਦੱਸ, ਤੁਸੀਂ ਪਾਰਟੀ ਕਰੋ, ਸਾਨੂੰ ਦੋਨਾਂ ਨੂੰ ਅਸੀਂ ਕੀ ਕਰਨਾ? ਦੱਸੋ ਕੀ ਕਰਨਾ ਫਿਰ ਅੱਜ? ਸਾਨੂੰ ਕੀ ਪਤਾ, ਦੱਸੋ ਕੀ ਪਾਰਟੀ ਚਾਹੀਦੀ ਆ? ਕਮਾਉਣ ਜਾਣਾ? ਹੋਰ ਕੀ ਕਰਨਾ? ਰੋਟੀ ਖਾਓ, ਸੌਵੋ, ਪਾਵੋ। ਨਹੀਂ ਗਗਨ, ਚੱਲ ਤੂੰ ਦੱਸ। ਚਲੋ ਸਾਨੂੰ ਪਾਰਟੀ ਕਰੋ, ਕਰ ਲੈ ਜਾਂਦੇ ਆ, ਫਰਨ ਦਿਖਾ ਕੇ ਲਿਆ। ਮੈਨੂੰ ਸ਼ੋਪਿੰਗ ਕਰੋ, ਠੀਕ ਆ, ਘੁੰਮਣ ਲੈ ਕੇ ਚੱਲ ਬੇਟਾ। ਚੱਲ ਅੱਜ ਮੰਮੀ ਨੂੰ ਵੀ ਆਪਾਂ ਮੂਵੀ ਵਿਖਾ ਕੇ ਲਿਆਵਾਂਗੇ, ਠੀਕ ਆ।
ਠੀਕ ਆ ਮੰਮੀ ਕਿਹੜੀ ਦੇਖਣੀ ਮੰਮੀ ਮੂਵੀ ਮੰਮੀ ਚੰਗੀ ਸੱਸ ਘਟਾਊ ਤੇਰੀ ਕਿਸੇ ਦਿਨ ਮੰਮੀ ਇੱਕ ਦਿਨ ਮਾੜਾ ਜਿਹਾ ਕਹੇ ਡਾਂਗ ਫੇਰ ਨਾਲ ਗਿਆ ਜ਼ਿਆਦਾ ਕਰਦੀ ਹੁਣ ਮਾੜੀ ਜਿਹੀ ਟੀਚਰਾਂ ਤੈਨੂੰ ਮੇਰੇ ਲਈ ਕੀ ਗਿਫਟ ਦੇਵੋਗੇ ਕੀ ਪਾਰਟੀ ਕਰੋਗੇ ਤੁਹਾਡੇ ਲਈ ਕੀ ਗਿਫਟ ਹੋਣਾ ਸਾਰਾ ਜੋ ਇਹਦਾ ਮਤਲਬ ਮੇਰਾ ਕੋਈ ਰੋਲ ਹੀ ਨੀ ਦੱਸੋ ਜੀ ਮੇਰੇ ਰਿਐਕਸ਼ਨ ਅੱਜ ਬਹੁਤ ਜ਼ਿਆਦਾ ਖੁਸ਼ੀ ਭਰਿਆ ਅਤੇ ਅੱਜ ਮੈਂ ਚਾਹੁੰਦਾ ਗਾ ਤੁਸੀਂ ਸਾਰੇ ਜਣੇ ਮੈਨੂੰ ਪਾਰਟੀ ਕਰੋ ਮੈਨੂੰ ਬਹੁਤ ਜ਼ਿਆਦਾ ਅੱਜ ਯਾਨੀ ਕਿ ਐਕਸਾਈਟਮੈਂਟ ਹੁੰਦਾ ਚੱਲ ਕੁਛ ਵੀ ਹੁੰਦਾ ਤੈਨੂੰ ਪਤਾ ਨਾ ਮੇਰਾ ਅੰਗਰੇਜ਼ੀ ਹੱਥ ਤੰਗ ਆ ਤੂੰ ਹੁਣ ਜ਼ਿਆਦਾ ਨਾ ਬਣ ਤੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਤੂੰ ਕਹਿਣਾ ਕੀ ਆ ਘੱਟੋ ਘੱਟ ਮੈਂ ਕਿਹਾ ਹੱਥ ਹੈਗਾ ਓਕੇ ਅਤੇ ਹੁਣ ਮੂਵੀ ਵੇਖਣ ਦਾ ਠੀਕ ਆ ਮੈਂ ਲੈ ਜੂੰਗਾ ਸਾਨੂੰ ਪਾਰਟੀ ਵੀ ਮੈਂ ਕਰ ਦੂੰਗਾ ਹਾਂ ਵਲੌਗ ਬਣਾਉਣਾ ਹੈ ਟੈਕਸਟਾਂ ਲੈਂਦਿਆਂ ਦਾ ਸਾਰਾ ਕੁਝ ਕਰਾਂਗੇ ਹਾਂ ਠੀਕ ਆ ਸ਼ਾਮ ਨੂੰ ਚੱਲਾਂਗੇ ਹਾਂ ਤੇ ਹੁਣ ਤੁਸੀਂ ਦੱਸੋ ਮੇਰੇ ਲਈ ਕੀ ਉਹ ਕਰੋਗੇ ਤੁਸੀਂ ਦੱਸੋ ਤੁਸੀਂ ਮੈਨੂੰ ਉੱਥੇ ਲੈ ਕੇ ਚੱਲੋ ਕਿੱਥੇ ਮੈਨੂੰ ਮਨਾਲੀ ਲੈ ਕੇ ਚੱਲੋ ਮਨਾਲੀ ਲੈ ਜਾਾਂਗੇ ਪੈਸੇ ਤੁਸੀਂ ਦੇ ਦੇ ਇਹ ਕੀ ਆੜੀ ਜਦੋਂ ਮੈਂ ਤੁਹਾਡੇ ਲਈ ਸਾਰਾ ਕੁਝ ਕਰੂੰਗਾ ਤੁਸੀਂ ਵੀ ਚੱਲ ਕੋਈ ਤੁਸੀਂ ਛਿਮੜੇ ਲੈ ਉੱਥੇ ਲੈ ਜਾਈਂ ਕਿੱਥੇ ਕੁਫਰੀ ਤੇ ਦੂਜੇ ਇੱਕ ਕਿੱਥੇ ਆ ਉਹ ਲੇ ਲਦਾਖ ਲੈ ਜਾਈਂ ਦੋ ਪਾਸੇ ਤੇ ਮੈਂ ਤੁਸੀਂ ਮਨਾਲੀ ਲੈ ਜਾਈਂ ਤੁਸੀਂ ਲੈ ਕੇ ਚੱਲੋ ਪਹਿਲਾਂ ਤੁਸੀਂ ਕਹੋ ਪਹਿਲਾਂ ਮੈਂ ਅਰੇਂਜਮੈਂਟ ਮੰਡਾ ਦੱਸਾਂ ਉੱਥੇ ਖੜ ਕੇ ਠੀਕ ਹੈ ਚੱਲ ਪਹਿਲੇ ਇੱਕ ਥਾਂ ਮੈਂ ਲੈ ਜੂੰ ਇੱਕ ਵਾਰ ਤੁਸੀਂ ਕੁਫਰੀ ਜਾਂ ਲੇ ਦੇ ਦਾ ਚੈੱਕ ਥਾਂ ਤੇ ਲੈ ਜਿਓ ਕੁਫਰੀ ਲੈ ਜੂੰ ਤੈਨੂੰ ਹਾਂ ਉਦੋਂ ਤੱਕ ਮੈਨੂੰ ਮਨਾਲੀ ਲੈ ਕੇ ਚੱਲ ਠੀਕ ਹੋ ਬਸ ਠੀਕ ਹੈ ਡਨ ਡੀਲ ਡਨ ਹਾਂ ਡਨ 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 ਠੀਕ ਡਨ ਠੀਕ ਹੋ ਤੇ ਓਕੇ ਹਾਂ ਆਪਾਂ ਪੂਰੀ ਐਨ ਓਕੇ ਕਰਤੀ ਰਿਪੋਰਟ ਨੂੰ ਦੱਸ ਦਈਏ ਸਾਰਾ ਜੀ ਹਾਂਜੀ ਸੋ ਜਿਵੇਂ ਕਿ ਤੁਹਾਨੂੰ ਦੀਪ ਨੇ ਦੱਸਿਆ ਹੀ ਹੈ ਕਿ ਆਪਣਾ ਚੈਨਲ ਮੋਨੋਟਾਈਜ਼ ਹੋ ਗਿਆ ਪਰ ਮੈਨੂੰ ਤਾਂ ਪਤਾ ਹੋਇਆ ਕਿ ਨਹੀਂ ਇਹਨਾਂ ਨੇ ਪਤਾ ਹੋਇਆ ਹਾਲ ਹੈ ਜੀ ਗੇਨ ਨਹੀਂ ਹੈਗਾ ਨਾ ਚਲੋ ਠੀਕ ਹੈ ਫਿਰ ਦੇ ਨਹੀਂ ਕਰੋ ਮੋਜਾ ਫਿਰ ਕੋਈ ਪਾਲਤੀ ਕੋਈ ਕੁਛ ਨਹੀਂ ਮਿਲੇ ਸਾਨੂੰ ਚਲੋ ਜੀ ਇਹਨੂੰ ਯਕੀਨ ਨਹੀਂ ਹੈਗਾ ਇਹਨੂੰ ਕੋਈ ਪਾਲਤੀ ਨਹੀਂ ਮਿਲਦੀ ਮੈਨੂੰ ਪਾਲਤੀ ਮੈਂ ਯਕੀਨ ਦਵਾਏਗਾ ਮੈਨੂੰ ਪਾਲਤੀ ਮਿਲੀ ਹੈ ਠੀਕ ਹੈ ਦੱਸੋ ਹੁਣ ਫਾਈਨਲੀ ਕੀ ਹੈ ਤੁਹਾਡੀ ਬੱਚੇ ਵਾਲੀ ਕਹਾਣੀ ਇਹ ਸਾਰਾ ਕੁਛ ਮੈਂ ਜੋ ਤੈਨੂੰ ਦੱਸਿਆ ਹੈਗਾ ਕਿਹੜਾ ਮੋਨੇਟਾਈਜ਼ ਹੋਣਾ ਚੈਨਲ ਇਹ ਸਾਰਾ ਕੁਛ ਪ੍ਰੈਂਕ ਕਰਦੇ ਥੋੜੇ ਨਾਲ ਗੱਪਾਂ ਮਾਰਦੇ ਪਤਾ ਨਹੀਂ ਪ੍ਰੈਂਕ ਕਰਦੇ ਆ ਸੋ ਕੀ ਕਹਿੰਦੇ ਹੁੰਦੇ ਆਪਾਂ ਬਾਬਾ ਭਲੀ ਕਰੂਗਾ ਅੱਗੇ ਵਾਸਤੇ ਦੇਖਾਂਗੇ ਹਾਂਜੀ ਸੋ ਜਦੋਂ ਮੋਨੇਟਾਈਜ਼ ਹੋ ਗਿਆ ਕਿਸੇ ਦੇ ਨਹੀਂ ਗੱਲਾਂ ਵੀ ਮੇਰੀਆਂ ਸੱਚੀਆਂ ਆਉਣੀਆਂ ਯਾਦ ਰੱਖੀ ਉਹਦੇ ਨਾਲ ਫਿਰ ਕਹੀਂ ਵੀ ਪ੍ਰੈਂਕ ਕੀਤਾ ਹਾਂਜੀ ਜੇ ਕਿਤੇ ਮੋਨੇਟਾਈਜ਼ ਹੋ ਗਿਆ ਫਿਰ ਉਦੋਂ ਆਪਾਂ ਨੂੰ ਇੰਨੀ ਐਕਸਾਈਟਮੈਂਟ ਹੋਣੀ ਕਿਉਂਕਿ ਆਪਾਂ ਨੂੰ ਲੱਗੂਗਾ ਸ਼ਾਇਦ ਕਿ ਉਦੋਂ ਵੀ ਦੀਪ ਪ੍ਰੈਂਕ ਹੀ ਕਰਨਗੇ ਆਪਣੇ ਨਾਲ ਮੈਂ ਉਦੋਂ ਸੱਚ ਕਹੂੰਗਾ ਉਦੋਂ ਵਿਦ ਪ੍ਰੂਫ ਦਿਖਾਉਂਗਾ ਆਪਾਂ ਪਹਿਲਾਂ ਉਹਦੇ ਫੋਨ ਤੇ ਦੇਖਾਂਗੇ ਫਿਰ ਦੀਪ ਦੀ ਗੱਲ ਤੇ ਯਕੀਨ ਕਰਾਂਗੇ ਸੋ ਕਿਵੇਂ ਲੱਗਿਆ ਮੇਰਾ ਪ੍ਰੈਂਕ ਅੱਜ ਦਾ ਸਾਰੇ ਜਣੇ ਕਮੈਂਟ ਕਰਕੇ ਦੱਸੋ ਇਹੋ ਜਿਹਾ ਪ੍ਰੈਂਕ ਕਿਸੇ ਨੇ ਅਜੇ ਤੱਕ ਯੂਟਿਊਬ ਤੇ ਕੀਤਾ ਨਹੀਂ ਹੋਣਾ ਵੈਸੇ ਮੈਂ ਪਹਿਲਾਂ ਹੀ ਆ ਜਿਹੜਾ ਏਡਾ ਵੱਡਾ ਪ੍ਰੈਂਕ ਸੋਚ ਕੇ ਪਲਾਨ ਕਰਕੇ ਤੁਹਾਨੂੰ ਸਾਰਿਆਂ ਨੂੰ ਯਕੀਨ ਵੀ ਦਵਾਇਆ ਦੇਖਿਆ ਏਡੇ ਏਡੇ ਸੁਪਨੇ ਅੱਜ ਪਤਾ ਲੱਗੇ ਵੀ ਇੰਨੇ ਕੁਛ ਸੋਚੀ ਬੈਠੇ ਆ ਅੱਜ ਤੁਸੀਂ ਦੇਖ ਲਿਆ ਜੀ ਗਗਨ ਨੇ ਕੀ ਕੁਛ ਸੋਚਿਆਗਾ ਚਲੋ ਠੀਕ ਹੈ ਜੀ ਅੱਜ ਦਾ ਬਲੌਗ ਕਰਦੇ ਹਾਂ ਤੁਸੀਂ ਸਮਾਪਤ ਮਿਲਦੇ ਹੋ ਤੁਹਾਨੂੰ ਅਗਲੇ ਬਲੌਗ ਵਿੱਚ ਸੋ ਸਾਡਾ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡਾ ਅੱਜ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਤੁਹਾਨੂੰ ਕਿੱਦਾਂ ਨਾਲ ਲੱਗਿਆ ਤੁਸੀਂ ਸਾਨੂੰ ਜੀ ਕਮੈਂਟ ਕਰਕੇ ਦੱਸ ਦਿੱਤਾ ਨਹੀਂ ਬਲੌਗ ਸਾਡੇ 'ਚ ਕੀ ਕਮੀ ਆ ਤੁਸੀਂ ਬਲੌਗ ਦੇਖ ਕੇ ਛੱਡ ਦਿੰਦੇ ਹੋ ਕਮੈਂਟ ਨਹੀਂ ਕਰਦੇ ਫਿਰ ਸਾਨੂੰ ਕੀ ਪਤਾ ਲੱਗੂ ਸਾਡਾ ਬਲੌਗ ਸਹੀ ਚੱਲਦਾ ਕਿ ਗਲਤ ਸਾਹਿਬ ਦੇ ਰਿਐਕਸ਼ਨ ਕਰ ਦਿੰਦੇ ਹੋ ਜੀ ਸਹੀ ਗੱਲ ਆ ਤੁਸੀਂ ਪਰਸਨਲੀ ਮੈਸੇਜ ਕਰਦੇ ਹੋ ਸਿੱਧਾ YouTube ਤੇ ਕਮੈਂਟ ਪਾਓ ਹਾਂਜੀ ਪਰਸਨਲੀ ਮੈਸੇਜ ਕਰਕੇ ਨਾ ਦੱਸੋ ਜੇ ਕੋਈ ਵੀ ਤੁਹਾਨੂੰ ਉਹ ਆ ਤੁਸੀਂ ਕਮੈਂਟ ਕਰੋ YouTube ਤੇ ਬਾਕੀ ਜੀ
ਤੁਸੀਂ ਤੁਹਾਡੀ ਸਪੋਰਟ ਨਾਲ ਤੁਹਾਡੀ ਸ਼ੇਅਰਿੰਗ ਨਾਲ ਅਤੇ ਬਾਬੇ ਦੀ ਕਿਰਪਾ ਨਾਲ ਜਲਦੀ ਆਪਣਾ ਚੈਨਲ ਮੋਨੀਟਾਈਜ਼ ਹੋਊਗਾ, ਕਿਉਂਕਿ ਅਸੀਂ ਵੀ ਬਹੁਤ ਜ਼ਿਆਦਾ ਆਸਾਂ ਲਾਈਆਂ ਨੇ ਅਤੇ ਆਸ ਕਰਦੇ ਹਾਂ ਕਿ ਰੱਬ ਉਹ ਪੂਰੀਆਂ ਕਰੂਗਾ ਜੀ। ਜਦੋਂ ਮੈਂ ਫੋਨ ਫੜ ਜਾਂਦਾ ਫੋਨ ਕਰ ਆਇਆ ਕਰਦਾ ਹੁੰਦਾ ਸੋ ਉਹਨੂੰ ਇਗਨੋਰ ਕਰ ਲਿਆ ਕਰਦਾ, ਕਿਉਂਕਿ ਇਗਨੋਰ ਨਹੀਂ, ਇਹ ਥੋੜ੍ਹਾ ਹੈਲਦੀ ਰਹਿੰਦੀ ਹੈ, ਇਹ 'ਚ ਥੋੜ੍ਹੀ ਖਰਾਬੀ ਹੈ ਅਤੇ ਟੈਕਨੀਕੀ। ਔਰ ਮੇਰੇ ਬਾਹਾਂ ਦੁਖਣ ਲੱਗ ਜਾਂਦੇ, ਸੋਚ ਤੁਹਾਨੂੰ ਮਿਲ ਜਾਂ ਥੋੜ੍ਹਾ ਟਾਈਮ ਬਾਅਦ ਮੇਰੀ ਬਾਹਾਂ ਬਹੁਤ ਦੁਖਣ ਲੱਗ ਗਈ। ਹਾਂਜੀ, ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡਾ ਬਲੌਗ ਕਿੱਦਾਂ ਨਾਲ ਲੱਗਿਆ। ਦੀਪ ਗਏ ਆ, ਉਹ ਮੱਝਾਂ ਨਵਾਉਣ ਜਾਂਦੇ ਆ, ਅਤੇ ਤਾਂ ਕਰਕੇ ਆਪਾਂ ਬਲੌਗ ਦਾ ਕਰਦੇ ਹਾਂ ਐਂਡ। ਸੋ ਸਾਨੂੰ ਇੰਸਟਾਗ੍ਰਾਮ 'ਤੇ ਵੀ ਜੀ ਫੋਲੋ ਕਰ ਲਓ, ਦੀਪ ਕੌਰ 94 94 ਚੈਲ ਕਰਦੀਪ, ਅਤੇ ਸਾਨੂੰ ਯੂਟਿਊਬ 'ਤੇ ਵੀ ਉਹ ਕਰ ਸਬਸਕ੍ਰਾਈਬ ਦੀਪ ਗਗਨ 41। ਸੋ ਹੁਣ ਆਪਾਂ